ਇਹ ਪਾਵਰ ਮੀਟਰ ਲਾਉਣੇ ਬੰਦ ਕਰੋ ਬੰਦ ਕਰੋ ਬੰਦ ਕਰੋ ਅਸੀਂ ਮੈਕਮਾ ਨੂੰ ਮੰਗ ਕਰਦਿਆਂ ਵੀ ਇਹ ਮੀਟਰ ਪਟਿਆ ਜਾਵੇ ਪਰ ਅਸੀਂ ਇਹਦੀ ਵੇਟ ਕਰਾਂਗੇ 2 ਘੰਟੇ ਜੇ ਮੈਕਮਾ ਨਹੀਂ ਮੀਟਰ ਪਟਦਾ ਹੈਗਾ ਫਿਰ ਅਸੀਂ ਪਟ ਕੇ ਆਪ ਪਟਾਂਗੇ ਨੂੰ ਸਪਲਾਈ ਅਸੀਂ ਡਾਇਰੈਕਟ ਕਰਾਂਗੇ ਅਸੀਂ ਇਹਦਾ ਪੂਰਾ ਜੱਥੇ ਬੰਦ ਕਰ ਪਿੰਡ ਜੇ ਨਾ ਤੇ ਕੋਈ ਸਪਲਾਈ ਕੱਟਣ ਦੀ ਕੋਸ਼ਿਸ਼ ਕਰੀ ਤਾਂ ਇਹਦਾ ਅਸੀਂ ਵੱਡਾ ਹੋਰ ਰੂਪ ਰਿਆ ਕਰਾਂਗੇ ਕੋਈ ਹੋਰ ਨਵਾਂ ਐਕਸ਼ਨ ਤਿਆਰ ਕਰਾਂਗੇ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਆ ਇਹ ਜਿਹੜੇ ਮੀਟਰ ਲਾਉਣੇ ਬੰਦ ਕੀਤੇ ਜਾਣਾ ਔਰ ਇਹ ਜਿਹੜੇ ਪੁਰਾਣੇ ਮੀਟਰ ਨੇ ਉਹੀ ਮੀਟਰ ਇੱਥੇ ਲਾਏ ਜਾਣ ਤੇ ਇਹ ਸਾਡੀ ਮੰਗ ਹੈ ਸਰਕਾਰ ਨੂੰ ਨਾਮਿਤ ਮੇਰਾ ਨਾਮ ਮਨਜੀਤ ਸਿੰਘ ਭਾਰਤੀ ਕਿਸਾਨ ਜੁਨੀ ਅਨੇਕਤਾ ਅਗਰਾਹਾਂ ਦਾ ਸੀਨੀਅਰ ਮੀਤ ਪ੍ਰਧਾਨਾ ਬਲਾਕ ਭਾਨੀਗੜ ਦਾ ਮਨਜੀਤ ਸਿੰਘ ਜੀ ਅੱਜ ਗਹਿਲਾ ਪਿੰਡ ਟੈਂਕੀ ਦੇ ਉੱਤੇ ਤੁਸੀਂ ਧਰਨਾ ਲਾਇਆ ਕੀ ਕਰਨ ਅੱਜ ਇਹ ਜਿਹੜੀ ਸਰਕਾਰ ਦੀ ਨੀਤੀ ਹੈ ਉਹਦੇ ਵਰਕਲਾਪ ਅਸੀਂ ਇਕੱਠੇ ਹੋਏ ਆ ਗਹਿਲਾ ਪਿੰਡ ਦੇ ਬਹੁਤ ਵੱਡੇ ਪੱਧਰ ਤੇ ਲੋਕ ਇਕੱਠੇ ਹੋਏ ਆ ਜਿਹੜਾ ਆਉਣ ਵਾਲਾ ਸਮਾਂ ਬਿਜਲੀ ਦੇ ਉੱਤੇ ਸਾਡੇ ਲੋਕਾਂ ਦੇ ਉੱਤੇ ਸੰਕਟ ਬਣਨ ਜਾ ਰਿਹਾ ਹੈ ਉਹਦੇ ਵਿਰੋਧ ਦੇ ਵਿੱਚ ਇਹਨਾਂ ਨੇ ਮੀਟਰ ਲਾਇਆ ਹੈ ਬੱਟਰ ਬਕਸਾਂ ਦੇ ਉੱਤੇ ਜਿਹੜਾ ਚਿੱਪ ਵਾਲਾ ਮੀਟਰ ਹੈ ਜਿਹਨੂੰ ਇਹ ਸਮਾਰਟ ਮੀਟਰ ਕਹਿੰਦੇ ਆ ਉਹਦੇ ਵਿੱਚ ਚਿਪ ਪੈਂਦੀ ਹੈ ਆਉਣ ਵਾਲੇ ਸਮੇਂ 'ਚ ਚਿਪਾਂ ਚ ਤਬਦੀਲ ਹੋਊਗਾ ਉਹਨੂੰ ਅਸੀਂ ਭਾਰਤੀ ਕਿਸਾਨ ਜੁਗਿਆਂ ਦੇ ਆਗਰਾਹਾਂ ਵੱਲੋਂ ਵੱਡੇ ਪੱਧਰ ਤੇ ਉਹਦਾ ਵਿਰੋਧ ਕਰਦੇ ਹਾਂ ਤੇ ਉਹਨੂੰ ਨਹੀਂ ਲੱਗਣ ਦੇਵਾਂਗੇ ਉਹਨੂੰ ਪੱਟਣ ਵਾਸਤੇ ਅਸੀਂ ਇਕੱਠੇ ਹੋਏ ਹਾਂ ਅਸੀਂ ਇਸ ਕਰਕੇ ਲੋਕਾਂ ਨੂੰ ਅਪੀਲ ਕਰਦੇ ਹਾਂ ਵੀ ਸਾਨੂੰ ਵੱਡੇ ਪੱਧਰ ਤੇ ਤਿਆਰ ਰਹਿਣਾ ਚਾਹੀਦਾ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਵੀ ਸਰਕਾਰਾਂ ਬਦਲ ਗਈਆਂ ਸਰਕਾਰ ਸਾਡਾ ਕੁਝ ਸਵਾਰੂਗੀ ਸਰਕਾਰ ਨੇ ਉਹ ਕੰਮ ਸ਼ੁਰੂ ਕਰ ਦਿੱਤਾ ਜਿਹੜਾ ਸੈਂਟਰ ਸਰਕਾਰ ਨੇ ਉਹਨਾਂ ਨੂੰ ਕਿਹਾ ਵੀ ਤੁਹਾਨੂੰ 3 ਮਹੀਨਿਆਂ ਦਾ ਸਮਾਂ ਦਿੱਤਾ 3 ਮਹੀਨਿਆਂ ਦੇ ਅੰਦਰ ਤੁਸੀਂ ਪੰਜਾਬ ਦੇ ਅੰਦਰ ਜਿਹੜੇ ਮੀਟਰ ਤਬਦੀਲ ਕਰਕੇ ਜਿਹੜੀ ਚਾਬੀ ਹੈ ਇਹ ਪ੍ਰਾਈਵੇਟ ਹੱਥਾਂ 'ਚ ਦੇਣੀ ਹੈ ਫੇਰ ਤੁਹਾਨੂੰ ਪੈਸੇ ਨੇ ਜਿਹੜੇ ਉਹ ਦੇਵਾਂਗੇ ਅਸੀਂ ਸਬਸਿਡੀ ਥੋੜੀ ਉਹਨਾਂ ਤੱਕ ਜਿਹੜੀ ਸਬਸਿਡੀ ਤੁਸੀਂ ਲੋਕਾਂ ਨੂੰ ਦਿੰਦੇ ਉਹ ਬੰਦ ਕਰੋ ਉਹ ਆਉਣ ਵਾਲੇ ਸਮੇਂ 'ਚ ਇਹਨਾਂ ਨੇ ਬਿਆਨ ਵੀ ਦਿੱਤਾ ਵੀ ਆਉਣ ਵਾਲੇ ਸਮੇਂ 'ਚ ਖੇਤਾਂ ਵਾਲੀਆਂ ਮੋਟਰਾਂ ਦੇ ਬਿੱਲ ਵੀ ਅਸੀਂ ਲਾਉਣ ਵਾਸਤੇ ਜਾ ਰਹੇ ਹਾਂ ਬਹੁਤ ਵੱਡਾ ਜਿਹੜਾ ਸੰਕਟ ਹੈ ਉਹਦੇ ਲਈ ਅਸੀਂ ਤਿਆਰ ਖੜੇ ਹਾਂ ਅਸੀਂ ਅੱਜ ਗਹਿਲਾ ਪਿੰਡ ਦੇ ਵਿੱਚ ਜਿਹੜਾ ਇੱਕ ਟੈਂਕੀ ਤੇ ਵਾਟਰ ਬਾਕਸ ਤੇ ਮੀਟਰ ਲੱਗਿਆ ਉਹਨੂੰ ਪਟਾਗੇ ਬਿਜਲੀ ਵਾਲਿਆਂ ਨੂੰ ਅਸੀਂ ਮਤਲਬ ਕਹਾਂਗੇ ਜੇ ਉਹ ਆ ਕੇ ਪੱਟ ਕੇ ਲੈ ਜਾਂਦੇ ਨੇ ਤਾਂ ਠੀਕ ਹੈ ਨਹੀਂ ਸੀ ਆ ਪੱਟ ਕੇ ਉਸ ਮੀਟਰ ਨੂੰ ਜਮਾ ਕਰਾ ਕੇ ਉਰੇ ਦੂਜਾ ਮੀਟਰ ਲਵਾਵਾਂਗੇ ਉਹਦੇ ਵਿੱਚ ਕੈਮਰਾ ਵੀ ਲੱਗੇ ਰਿਹਾ ਉਸ ਵਾਰੀ ਕੀ ਕਰੂਗਾ ਬਿਲਕੁਲ ਇਹ ਬਹੁਤ ਵੱਡੀ ਤਕਨੀਕ ਹੈ ਉਹਨਾਂ ਦੀ ਵੀ ਸਾਨੂੰ ਜਿਹੜਾ ਕੈਮਰਾ ਲੱਗਿਆ ਹੈ ਇਹ ਇਸ ਮੀਟਰ ਨਾਲ ਕੋਈ ਛੇੜਛਾੜ ਕਰਦਾ ਹੈ ਉਦੀ ਉੱਥੇ ਫੋਟੋ ਜਾਊਗੀ ਆਨਲਾਈਨ ਸਿਸਟਮ ਹੈ ਜਿਵੇਂ ਹੁਣ ਅੱਜ ਇਸੇ ਪਿੰਡ ਦੀ ਪਿਛਲੇ ਸਾਲਾਂ ਦੀ ਜਿਹੜੀ ਘਟਨਾ ਹੈ 11-12 ਘਰਾਂ ਤੋਂ ਜਿਹੜੇ ਬਿਲਕੁਲ ਗਰੀਬ ਕਰਤੇ ਉਹਨਾਂ ਤੋਂ ਬਿੱਲ ਨਹੀਂ ਭਰਿਆ ਗਿਆ ਉਹਨਾਂ ਦੀ ਲਾਈਟ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਚਲਾ ਦਿੰਦੀ ਹੈ ਉਹਨਾਂ ਦਾ ਹੱਲ ਹੋ ਜਾਂਦਾ ਜਦੋਂ ਚਿੱਪ ਵਾਲੇ ਮੀਟਰ ਲੱਗ ਗਏ ਫਿਰ ਇਹ ਹੱਲ ਨਹੀਂ ਹੋਣੇ ਇਹਦਾ ਜਦੋਂ ਰਾਤ ਨੂੰ 12 ਵਜੇ ਇਹਨਾਂ ਨੇ ਜਵਾਬ ਦੇ ਦੇਣਾ ਵੀ ਹੁਣ ਤੁਹਾਡੇ ਕੋਲੇ ਬਿਜਲੀ ਦਾ ਪ੍ਰਬੰਧ ਨਹੀਂ ਹੈ ਮਨਜੀਤ ਸਿੰਘ ਜੀ ਜੇ ਗੱਲ ਕਰੀ ਕਿਉਂਕਿ ਸਰਕਾਰ ਨੇ ਬੜੇ ਵਾਅਦੇ ਕੀਤੇ ਸੀ ਕਿ ਅਸੀਂ ਜਿਹੜੀ ਬਿਜਲੀ ਆ ਤੁਸੀਂ ਗੱਲ ਕੀਤੀ ਆ ਬਿਜਲੀ ਦੀ ਗਰੀਬਾਂ ਨੂੰ ਬਿਲ ਨਹੀਂ ਭਰੇਗੇ ਵੀ ਅਸੀਂ ਬਿਜਲੀ ਆ ਜਿਹੜੀ 300 ਯੂਨਟ ਮੁਫਤ ਦਵਾਂਗੇ ਪਰ ਅਜੇ ਤੱਕ ਮਹੀਨੇ ਤੋਂ ਉੱਤੇ ਹੋ ਗਿਆ ਅਜੇ ਤਾਂ ਕੋਈ ਵਾਅਦਾ ਪੂਰਾ ਨਹੀਂ ਹੋ ਕੀ ਕਹਿਣਾ ਚਾਹੁੰਦੇ ਤੁਸੀਂ ਹਜੇ ਸਰਕਾਰ ਸਮਾਂ ਮੰਗਦੀ ਆ ਪਰ ਸਰਕਾਰਾਂ ਕੋਲੇ ਸਮੇਂ ਨੇ ਤਾਂ ਜਿਵੇਂ ਭਗਵੰਤ ਮਾਨ ਜੀ ਕਹਿੰਦੇ ਵੀ ਤਾਂ ਮੇਰੇ ਹਰੇ ਪਿੰਨ ਨੇ ਕਰਨੇ ਨੇ ਕੰਮ ਤਾਂ ਇਹ ਪਿੰਨ ਤਾਂ ਚੱਲ ਜਾਣਾ ਚਾਹੀਦਾ ਸੀ ਪਹਿਲਾ ਪਿੰਨ ਜਿਹੜਾ ਉਹ ਗਰੀਬਾਂ ਲਈ ਚੱਲਣਾ ਚਾਹੀਦਾ ਹੈ ਉਹ ਰੋਜ਼ਗਾਰ ਲਈ ਚੱਲਣਾ ਚਾਹੀਦਾ ਪਰ ਸਾਡੀ ਕੋਈ ਉਮੀਦ ਨਹੀਂ ਹੈ ਭਾਰਤੀ ਕਿਸਾਨ ਯੂਨੀਅਨ ਦੇ ਇੱਕਤਾ ਗ੍ਰਾਹਾਂ ਵੱਲੋਂ ਪਹਿਲਾਂ ਵੀ ਅਸੀਂ ਲੋਕਾਂ ਨੂੰ ਕਹਿੰਦੇ ਰਿਹਾ ਵੀ ਸਰਕਾਰਾਂ ਤੋਂ ਸਾਨੂੰ ਝਾਕ ਨਹੀਂ ਕਰਨੀ ਚਾਹੀਦੀ ਹੈ ਸਾਡਾ ਨਾਰਾ ਵੀ ਹੈ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਜੇ ਸਰਕਾਰਾਂ ਇਸ ਗੱਲ ਤੇ ਹੋਣ ਪੰਜਾਬ ਸਰਕਾਰ ਇਸ ਗੱਲ ਤੇ ਹੋਵੇ ਜਿਹੜੇ ਮੀਟਰਾਂ ਦਾ ਲੋਕ ਵਿਰੋਧ ਕਰਦੇ ਨੇ ਦੂਜੇ ਮੀਟਰ ਪੱਟ ਕੇ ਕਿਉਂ ਲਾਏ ਜਾਂਦੇ ਨੇ ਇਹ ਜਣੀ ਕਿ ਉਸੇ ਇੱਕ ਨੀਤੀ ਦਾ ਬਹੁਤ ਵੱਡਾ ਹਿੱਸਾ ਹੈ ਨੀਤੀ ਤੋਂ ਸਰਕਾਰਾਂ ਬਾਹਰ ਨਹੀਂ ਚੱਲ ਸਕਦੀਆਂ ਆਉਣ ਵਾਲਾ ਸਮੇਂ ਦੱਸੂਗਾ ਵੀ ਸਰਕਾਰ ਕੀ ਕਰਦੀ ਅਜੇ ਸਮਾਂ ਘਟਾ ਹੈ ਆਉਣ ਵਾਲੇ ਸਮੇਂ ਚ ਪੂਰੀ ਤਬਦੀਲੀ ਕੀ ਆਉਂਦੀ ਹੈ ਉਹਦੇ ਲਈ ਅਸੀਂ ਤਿਆਰ ਬੈਠੇ ਆਂ ਜੇ ਤਬਦੀਲੀ ਆਊਗੀ ਤਾਂ ਲੋਕਾਂ ਦੇ ਸਾਹਮਣੇ ਆਊਗੀ ਇਹ ਚੰਗਾ ਕਰਨਗੇ ਤਾਂ ਚੰਗਾ ਕਹਿਣਗੇ ਲੋਕ ਅਸੀਂ ਵੀ ਚੰਗਾ ਕਹਾਂਗੇ ਪਰ ਚੰਗਾ ਕਰਨ ਦੀ ਸਾਨੂੰ ਜੇ ਉਮੀਦ ਰੱਖ ਲਈਏ ਅਸੀਂ ਪਹਿਲਾਂ ਹੀ ਅਸੀਂ ਘਰੇ ਬਹਿ ਜੀਏ ਤਾਂ ਜਿਹੜਾ ਸਾਡਾ ਸਾਡੇ ਕੋਲੇ ਆ ਉਹ ਵੀ ਸਾਥੋ ਖੋਇਆ ਜਾਊਗਾ ਤੇ ਲੁੱਟਿਆ ਜਾਊਗਾ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਜੀਤ ਸਿੰਘ ਭਾਰਤੀ ਕਿਸਾਨ ਜਨਨਿਕਤਾ ਗਰਾਹਾ ਬਲਾਕ ਭਾਨੀਗੜ ਦਾ ਮੀਤ ਪਰਦਾਣਾ ਜੀ ਹਰਜੀਤ ਸਿੰਘ ਜੀ ਚਿੱਪ ਵਾਲੇ ਮੀਟਰ ਲੱਗਣ ਦਾ ਵਿਰੋਧ ਕਰ ਰਹੇ ਹੋ ਤੁਸੀਂ ਜਗਾ ਜਗਾ ਤੇ ਸਰਕਾਰੀ ਅਦਾਰਿਆਂ ਦੇ ਵਿੱਚ ਲਾਉਣ ਨਾਲ ਸ਼ੁਰੂ ਕੀਤਾ ਹੈ ਮੀਟਰਾਂ ਨੂੰ ਕੀ ਕਹੋਗੇ ਸਰਕਾਰ ਲੋਕਾਂ ਦੇ ਚੁੰਡੀ ਵੱਢ ਕੇ ਦੇਖਦੀ ਹੈਗੀ ਵੀ ਕਿੰਨਾ ਕੁ ਦੁੱਖ ਮੰਨਦੇ ਨੇ ਕਿਉਂਕਿ ਸਰਕਾਰੀ ਅਦਾਰਿਆਂ ਦੇ ਉੱਤੇ ਲਿਆ ਕੇ ਮੀਟਰ ਵੀ ਸਰਕਾਰੀ ਦਾਰਿਆਂ ਦੇ ਤੇ ਕਿਹੜਾ ਕਿਸੇ ਨੂੰ ਪਤਾ ਲੱਗਦਾ ਸਰਕਾਰੀ ਅਦਾਰਿਆਂ ਦਾ ਕਾਹਤੋਂ ਵਿਰੋਧ ਕਰਨਗੇ ਲੋਕ ਵੀ ਇਹ ਤਾਂ ਸਰਕਾਰ ਦੇ ادارے ਨੇ ਯਾਰ ਪਰ ਇਹ ਅਸੀਂ ਇਨਾਂ ਦਾ ਪੂਰਨ ਤੌਰ ਤੇ ਵਿਰੋਧ ਕਰਦਿਆਂ ਚਾਹੇ ਇਹ ਮੀਟਰ ਸਰਕਾਰੀ ਅਦਾਰਿਆਂ ਚਲਾਉਣ ਚਾਹੇ ਇਹ ਮੀਟਰ ਸਾਡੇ ਪੋਲਟਰੀ ਫਾਰਮਾਂ ਦੇ ਵਿੱਚ ਲਾ ਰਹੇ ਨੇ ਉਹਨਾਂ ਦਾ ਵਿਰੋਧ ਕਰਦੇ ਆਂ ਚਾਹੇ ਇਹ ਮੀਟਰ ਸਾਡੇ ਘਰਾਂ ਦੇ ਵਿੱਚ ਲਾਉਣਾ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਮੀਟਰਾਂ ਨੇ ਸਾਡਾ ਵੱਡਾ ਨੁਕਸਾਨ ਕਰਨਾ ਹੈਗਾ ਇਸ ਲਈ ਜਥੇਬੰਦੀ ਦੀ ਨੀਤੀ ਪਾਲਸੀ ਹੈ ਵੀ ਜਿਹੜੇ ਚਿਪ ਵਾਲੇ ਮੀਟਰ ਨੇ ਉਹ ਕਿਸੇ ਵੀ ਸ਼ਰਤ ਦੇ ਉੱਤੇ ਅਸੀਂ ਪਿੰਡਾਂ ਦੇ ਵਿੱਚ ਨਹੀਂ ਲਾਉਣ ਦੇਵਾਂਗੇ ਚਾਹੇ ਉਹਦੇ ਵਾਸਤੇ ਸਾਨੂੰ ਜੱਡਾ ਮਰਜੀ ਸੰਘਰਸ਼ ਕਰਨਾ ਪਵੇ ਅੱਜ ਇਸ ਪਿੰਡ ਦੇ ਉੱਤੇ ਵਾਟਰ ਬਾਕਸ ਦੇ ਉੱਤੇ ਚੋਰੀਆਂ ਬਿਜਲੀਆ ਇਹ ਮੀਟਰ ਲਾ ਕੇ ਗਏ ਨੇ ਚਿੱਪਾਲਾ ਤੇ ਉਹਦਾ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਅੱਜ ਬਿਜਲੀ ਵਿਭਾਗ ਨੂੰ ਕਹਿੰਨੇ ਆਗੇ ਵੀ ਇਹ ਮੀਟਰ ਪਟਕੇ ਲਿਆਂ ਨਾ ਜੇ ਇਹ ਮੀਟਰ ਨਹੀਂ ਪਟਕੇ ਲਿਆਂਦੇ ਤਾਂ ਇਹ ਪਟਕੇ ਅਸੀਂ ਅੱਜ ਮੀਟਰ ਜਮਾ ਕਰਵਾਵਾਂਗੇ ਜਿਹਨੇ ਗੱਲ ਕਰਦੇ ਆ ਕਿ ਇੱਕ ਪਾਸੇ ਸਰਕਾਰ ਕਹਿ ਰਹੀ ਆ ਕਿ ਖਜ਼ਾਨੇ ਦੇ ਵਿੱਚ ਪੈਸੇ ਨਹੀਂ ਕਿ ਖਜ਼ਾਨਾ ਭਰਨ ਲਈ ਵੱਖਰੇ ਵੱਖਰੇ ਢੰਗ ਬਣਾਇਆ ਰਹੇ ਦੂਜੇ ਪਾਸੇ ਜਿਹੜੀ ਸਰਕਾਰ ਹੈ ਚਿੱਪਾਲੇ ਮੀਟਰਾਂ ਦੇ ਨਾਲ ਕੈਮਰੇ ਦਾ ਪ੍ਰਬੰਧ ਕਰ ਰਹੀ ਉਹ ਪੈਸਾ ਕਿੱਥੋਂ ਆਉਂਦਾ ਦੇਖੋ ਜਿਹੜਾ ਇਹ ਮੀਟਰ ਦਾ ਹਲੇ ਇਸ ਮੀਟਰਾਂ ਦੇ ਪੈਸੇ ਲੈਣੇ ਨੇ 7 ਤੋਂ 7000 ਰੁਪਏ ਹਿਸਾਬ ਦੇ ਨਾਲ ਇਹਨਾਂ ਨੇ ਮੀਟਰ ਕਿਹਾ ਵੀ ਇਹ ਮੁੱਲ ਦੇਣੇ ਲੋਕਾਂ ਨੂੰ ਇਹ ਐ ਨਹੀਂ ਹੈਗਾ ਮੀਟਰ ਫਰੀ ਲੱਗ ਰਹੇ ਨੇ ਪਰ ਜਿਹੜੇ ਤੁਸੀਂ ਖਜ਼ਾਨੇ ਦੇ ਵਿੱਚ ਪੈਸੇ ਦੀ ਗੱਲ ਕਰਦੇ ਆ ਉਹ ਖਜ਼ਾਨਾ ਅਸੀਂ ਤਾਂ ਸਵੇਰੇ ਜਦੋਂ ਚਾਹ ਬਣਾਉਣ ਵਾਸਤੇ ਅੱਗ ਬਾਲਦਿਆਂ ਮਾਤਸੀ 30 ਲੀ ਚਲਾਉਨੇ ਆਗੇ ਉਦੋਂ ਤੋਂ ਟੈਕਸ ਦੇਣਾ ਸ਼ੁਰੂ ਕਰਦਿਆਂ ਇਹ ਖਜ਼ਾਨੇ ਨੂੰ ਖੋਰਾ ਕਿੱਥੇ ਲੱਗਦਾ ਹੈਗਾ ਅਸੀਂ ਉਸੇ ਗੱਲ ਪਿੱਛੇ ਲੱਗੇ ਹੋਇਆ ਵੀ ਇਹ ਖਜ਼ਾਨੇ ਦੀਆਂ ਜਿਹੜੀਆਂ ਘਰਾਂ ਲਾ ਪਹਿਰੀਆਂ ਨੇ ਉਹ ਘਰਾਂ ਕਿਉਂ ਨਹੀਂ ਬੰਦ ਕੀਤੀਆਂ ਜਾਂ ਰਹੀਆਂ ਜਿਹੜੀਆਂ ਇਹਨਾਂ ਦੇ ਮੰਤਰੀਆਂ ਦੀਆਂ 12-12 ਪੈਨਸ਼ਨਾਂ ਦੇ ਉੱਤੇ ਹੁਣ ਭਗਵੰਤ ਮਾਨ ਬੋਲੇਗਾ ਚੰਗੀ ਗੱਲ ਕਹਿੰਦੇ ਅਸੀਂ ਵੀ ਚੰਗੀ ਗੱਲ ਕਹਿੰਦੇ ਜੇ ਬੋਲੇਗਾ ਪਰ ਉਹ 12-12 ਪੈਨਸ਼ਨਾਂ ਦੇ ਉੱਤੇ ਹੁਣ ਤੱਕ ਕਿਉਂ ਨਹੀਂ ਕਿਸੇ ਨੂੰ ਦੱਸਿਆ ਗਿਆ ਵੀ ਇੰਨੀਆਂ ਪੈਨਸ਼ਨਾਂ ਲੈਂਦੇ ਨੇ ਇਹ ਇਹਨਾਂ ਦੇ ਜਿਹੜੇ ਟੈਕਸ ਨੇ ਉਹ ਸਰਕਾਰੀ ਖਜ਼ਾਨੇ 'ਚੋਂ ਭਰੇ ਜਾਂਦੇ ਨੇ ਜਿਹੜਾ ਸੋਡਾ ਤੇ ਸਾਡਾ ਖਰਚਾ ਦਾ ਟੈਕਸ ਹੈ ਉਹ ਅਸੀਂ ਆਪ ਭਰਦਿਆਂਗੇ ਜਿਹੜੇ ਅਸੀਂ ਆਪਦੀਆਂ ਸਾਰੇ ਆਪਦੇ ਖਰਚੇ ਆਪ ਕਰਦਿਆਂ ਇਹਨਾਂ ਦੇ ਸਾਰੇ ਖਰਚੇ ਜਿਹੜੇ ਸਰਕਾਰੀ ਸਰਕਾਰ ਦੇ ਉੱਤੇ ਹੁੰਦੇ ਨੇ ਨਾ ਜਿਹੜਾ ਬਿਮਾਰੀ ਦਾ ਇਲਾਜ ਆ ਉਹ ਸਰਕਾਰ ਕਰਦੀ ਹੈਗੀ ਪਰ ਸਾਡੇ ਲੋਕਾਂ ਦੇ ਉੱਤੇ ਕਿਵੇਂ ਜ਼ਬਰ ਦੇ ਉੱਤੇ ਕਿਵੇਂ ਲੋਕਾਂ ਦੇ ਉੱਤੇ ਮਦਦ ਧੱਕੇਸ਼ਾਹੀ ਕਰਕੇ ਉਹ ਖਜ਼ਾਨੇ ਨੂੰ ਖਾਲੀ ਕੀਤਾ ਜਾਂਦਾ ਤੇ ਲੋਕਾਂ ਦੇ ਮੜਿਆ ਜਾਂਦਾ ਹੈਗਾ ਇਹ ਇਸ ਲਈ ਇਹਦਾ ਵਿਰੋਧ ਕਰਦੇ ਸੀ ਜਿੰਮੇ ਬਿਜਲੀ ਦੇ ਮੀਟਰ ਜਿਹੜੇ ਲੱਗੇ ਨੇ ਉਹ ਇਹ ਮੀਟਰ ਤੁਸੀਂ ਜਥੇਬੰਦੀ ਵੱਲੋਂ ਪੱਟਿਆ ਜਾਊ ਜਾਂ ਬਿਜਲੀ ਵਿਭਾਗ ਪੱਟ ਕੇ ਲੱਗੇ ਅਸੀਂ ਵਿਭਾਗ ਨੂੰ ਮੰਗ ਕਰਦੇ ਹਾਂ ਵੀ ਇਹ ਮੀਟਰ ਪੱਟਿਆ ਜਾਵੇ ਪਰ ਅਸੀਂ ਇਹਦੀ ਵੇਟ ਕਰਾਂਗੇ 2 ਘੰਟੇ ਜੇ ਵਿਭਾਗ ਨਹੀਂ ਮੀਟਰ ਪੱਟਦਾ ਹੈਗਾ ਫਿਰ ਅਸੀਂ ਪੱਟ ਕੇ ਆਪ ਪਟਾਂਗੇ ਇਹਨੂੰ ਮੀਟਰ ਪੱਟਿਆ ਜਾਂਦਾ ਜੀ ਫਿਰ ਅਗਰ ਸਪਲਾਈ ਕਿਵੇਂ ਚੱਲੂਗੀ ਜਦੋਂ ਮੇੜਾ ਮੀਟਰ ਤੋਂ ਇੱਕ ਸਪਲਾਈ ਅਸੀਂ ਡਾਇਰੈਕਟ ਕਰਾਂਗੇ ਅਸੀਂ ਇਹਦਾ ਪੂਰਾ ਜਥੇਬੰਦੀ ਦੁਕਾਣ ਦਾ ਪਿੰਡ ਜੇ ਇਹਦੇ ਉੱਤੇ ਕੋਈ ਸਪਲਾਈ ਕੱਟਣ ਦੀ ਕੋਸ਼ਿਸ਼ ਕਰੀ ਤਾਂ ਇਹਦਾ ਅਸੀਂ ਵੱਡਾ ਹੋਰ ਰੂਪ اختیار ਕਰਾਂਗੇ ਕੋਈ ਹੋਰ ਨਵਾਂ ਐਕਸ਼ਨ ਤਿਆਰ ਕਰਾਂਗੇ ਜੇ ਇਹਦੀ ਸਪਲਾਈ ਬੰਦ ਕੀਤੀ ਜਾਂਦੀ ਹੈ ਪਾਣੀ ਬੰਦ ਨਹੀਂ ਹੋਣ ਦੇਣਾ ਲੋਕਾਂ ਦਾ ਇਹ ਮੋਟਰ ਚੱਲੂਗੀ ਉਹ ਮੇਰੀ ਇਸ ਲਈ ਅਸੀਂ ਮਾਇਕਮੇ ਤੋਂ ਮੰਗ ਕਰਦੇ ਹਾਂ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਹਾਂ ਵੀ ਇਹ ਜਿਹੜੇ ਮੀਟਰ ਲਾਉਣੇ ਬੰਦ ਕੀਤੇ ਜਾਣ ਔਰ ਇਹ ਜਿਹੜੇ ਪੁਰਾਣੇ ਮੀਟਰ ਨੇ ਉਹੀ ਮੀਟਰ ਇੱਥੇ ਲਾਏ ਜਾਣ ਤੇ ਇਹ ਸਾਡੀ ਮੰਗ ਹੈ ਸਰਕਾਰ ਤੋਂ